अत्याचार का दौर सुनिया सी, अहमद शाह अब्दाली वेले आया सी, नादर शाह वेले आया सी, ते कई होर सरकारां वेले भी आया सी, समय समय दियां सरकारां ते आंदा रहा सी, ते सिखां नूं मिटाण दियां बड़ियां कोशिशां होईयां सी, ते फिर किसे शायर ने ये लिखिया सी, वो शायर का नाम ही दस दिना, बाबा बलवंत पंजाबी दा सिरमौर साहिब रचेता सी, उन्होंने लिखा सी, खूब होइया कोशिशां मेरे मिटावन दे लई, मर गए ने वो जो उठे सन दबावन दे लई। ते इस तो पहले जदों सिखां दा राज गया, इस राज नूं तोड़न ते इस राज दा जोड़ विछोड़ा जिहड़ा सी करन लई किहड़े लोग शामिल सन, गौरव आरिया वर्गे अकिरतकन लोग जिन्हां ने अपने माँ प्यो दा गौरव भी जिहड़ा कायम नहीं रख्या, और क्यों नहीं रख्या ਇਹ ਉਹ ਦੱਸ ਸਕਦਾ ਹੈ। ਅਤੇ ਐਸ ਪੀ ਸਿਨਹਾ ਜਿਹੜਾ ਉਹ ਵੀ ਦੱਸਦੇ, ਵੈਸੇ ਤਾਂ ਇਹਨਾਂ ਤੋਂ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਹ ਕਿਰਤਕਣਾਂ ਦਾ ਹਿੱਸਾ ਨੇ, ਉਸੇ ਤਰ੍ਹਾਂ ਹੀ ਜਿਵੇਂ 22 ਧਾਰ ਦੇ ਰਾਜੇ ਜਿਹੜੇ ਸੀਗੇ, 52 ਰਾਜੇ ਜਿਹੜੇ ਸੀ ਗੁਰੂ ਹਰਗੋਬਿੰਦ ਸਿੰਘ, ਗੁਰੂ ਹਰਗੋਬਿੰਦ ਜੀ ਨੇ 6ਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਮੌਤ ਦੇ ਮੂੰਹ ਵਿੱਚੋਂ ਕੱਢੇ ਸਨ ਬਿਨਾਂ ਕਿਸੇ ਭੇਦਭਾਵ ਦੇ, ਅਤੇ ਉਹਨਾਂ ਦੀਆਂ ਜਿਹੜੀਆਂ ਅੰਸਾਂ ਸਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਹੜਾ 10 ਲੱਖ ਫੌਜ ਮੁਗਲ ਦੀ ਨਾਲ ਹਿੱਸਾ ਬਣ ਕੇ ਅਨੰਦਪੁਰ ਸਾਹਿਬ ਦੇ ਵਿੱਚ ਘੇਰਾ ਪਾਇਆ ਸੀ। ਇਹ ਅਕਿਰਤ ਕੰਨ ਅਫਸੋਸ ਨਾਲ ਕਹਿਣਾ ਪੈ ਰਿਹਾ, ਸ਼ਰਮ ਦਾ ਇੱਕ ਆਲਮ ਹੈ, ਉਹਨਾਂ ਲੋਕਾਂ ਲਈ ਵੀ ਸ਼ਰਮ ਦਾ ਆਲਮ ਹੈ ਜਿਨ੍ਹਾਂ ਦੇ ਵੱਡੇ ਵਡੇਰਿਆਂ ਨੇ ਸਿੱਖ ਲਹਿਰ ਨੂੰ ਮਜ਼ਬੂਤ ਕੀਤਾ ਸੀ, ਆਪਣਾ ਪਹਿਲਾ ਬੇਟਾ ਜਿਹੜਾ ਸਿੱਖ ਬਣਾਇਆ ਸੀ ਉਸ ਨੂੰ ਮਜ਼ਬੂਤ ਕੀਤਾ ਸੀ, ਅਤੇ ਉਹਨਾਂ ਨੇ ਅੱਜ ਵੀ ਇਸ ਚੀਜ਼ ਨੂੰ ਸਮਝਿਆ ਸੋਚਿਆ, ਅਤੇ ਅੱਜ ਵੀ ਇਹ ਪਰੰਪਰਾ ਚੱਲ ਰਹੀ ਹੈ। ਲੇਕਿਨ ਇਹੋ ਜਿਹੇ ਟੁਕੜੇ ਟੁਕੜੇ ਗੈਂਗ ਅਤੇ ਕਿਰਤਕਨ ਲੋਕ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਹੁਣ, ਉਹ ਦੇਸ਼ ਨੂੰ ਖੇਰੂੰ ਖੇਰੂੰ ਕਰਨ ਵਾਲੀਆਂ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਨੇ। ਇਹ ਭਾਰਤ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਅਤੇ ਦੇਸ਼ ਦੀ ਕੌਂਸਟੀਟਿਊਸ਼ਨ ਪ੍ਰਤੀ ਪਹਿਲੀ ਪ੍ਰਤੀਬੱਧਤਾ ਬਣਦੀ ਹੈ ਕਿ ਜਿਸ ਦੀ ਤੁਸੀਂ ਸਹੁੰ ਖਾਧੀ ਹੈ ਉਹ ਸਹੁੰ ਨੂੰ ਤਾਂ ਘੱਟੋ ਘੱਟ ਪੁਗਾ ਲਵੋ, ਜਾਂ ਤੁਸੀਂ ਆਪਣੀਆਂ ਸਰਕਾਰਾਂ ਦੀ ਜੋੜ ਤੋੜੀ ਕਰਦੇ ਪਏ ਹੋ ਜਿਵੇਂ ਮਹਾਰਾਸ਼ਟਰ ਹੀ ਚੱਲ ਰਿਹਾ ਸਮੀਕਰਨ, ਜਾਂ ਤੁਹਾਨੂੰ ਇੱਕੋ ਹੀ ਕਹਿੰਦੇ ਸੀਗੇ ਮੋਦੀ ਸੱਪੇ ਭਾਰੀ, ਅਤੇ ਹੁਣ ਮੋਦੀ ਜੀ ਨੂੰ ਘੱਟੋ ਘੱਟ 28 ਛੋਟੇ ਦਲਾਂ ਦਾ ਸਹਿਯੋਗ ਲੈਣਾ ਪੈ ਗਿਆ। ਇਸ ਦਾ ਮਤਲਬ ਇਹ ਹੈ ਕਿ ਦੇਸ਼ ਦੀ ਕਿਸੇ ਨੂੰ ਕੋਈ ਕਦਰ ਨਹੀਂ, ਦੇਸ਼ ਦੀ ਕੀਮਤ ਕੋਈ ਨਹੀਂ, ਸਿਰਫ ਆਪਣੀ ਅਤੇ ਆਪਣੀ ਇਹ ਜਿਹੜੀ ਹੈ ਗੱਲ ਕਰਦੇ ਨੇ, ਇਹਨਾਂ ਦਾ ਰਾਜ ਕਿਵੇਂ ਕਾਇਮ ਅਤੇ ਸਥਾਪਿਤ ਰਹਿ ਜਾਵੇ ਇਸ ਗੱਲ ਨੂੰ ਕਰਦੇ ਨੇ। ਅਤੇ ਇਹ ਦੇਖੋ ਤੁਸੀਂ, ਪੰਜਾਬ ਦਾ ਹਿੰਦੂ ਵੀ ਅੱਜ ਜਿਹੜਾ ਉਸੇ ਤਰ੍ਹਾਂ ਹੀ ਹੜ੍ਹਾਂ ਦੀ ਮਾਰ ਥੱਲੇ ਆ ਜਿਵੇਂ ਸਿੱਖ ਨੇ ਜਾਂ ਹੋਰ ਮੁਸਲਮਾਨ ਭਾਈਚਾਰਾ। ਲੇਕਿਨ ਇੱਕ ਗੱਲ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਜਿਹੜੇ ਕਹਿੰਦੇ ਸੀ ਨਿਭਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ, ਕੋਈ ਨਹੀਂ ਆਇਆ ਪੰਜਾਬ ਦੀ ਬਾਂਹ ਫੜਨ ਲਈ, ਪੰਜਾਬੀਆਂ ਨੇ ਆਪਣੀ ਆਪ ਮਦਦ ਕੀਤੀ ਅਤੇ ਪੰਜਾਬੀਆਂ ਨੇ ਬਾਹਰਦਿਆਂ ਦੀ ਵੀ ਮਦਦ ਕੀਤੀ, ਹਿਮਾਚਲ ਵਾਲਿਆਂ ਨੇ ਆਪਣੀ ਔਕਾਤ ਦਿਖਾ ਦਿੱਤੀ, ਕਿਰਾਏ ਵਧਾ ਤੇ ਕਈ ਕੁਛ ਕਰ ਦਿੱਤਾ, ਅਤੇ ਹਰਿਆਣਾ ਵਾਲਿਆਂ ਨੇ ਵੀ ਬਾਂਦਰ ਟਪੂਸੀਆਂ ਲਾ ਦਿੱਤੀਆਂ। ਲੇਕਿਨ ਇਹ ਉਹ ਦਿਨ ਭੁੱਲ ਗਏ ਜਦੋਂ ਪੰਜਾਬ, ਹਰਿਆਣਾ, ਹਿਮਾਚਲ, ਯੂਪੀ, ਉੱਤਰਾਖੰਡ, ਦੇਸ਼ ਦੇ ਹੋਰ ਕਿਹੜੇ ਕਿਹੜੇ ਹਿੱਸਿਆਂ ਦਾ ਨਾਂ ਲਵਾਂ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੀ ਲਹਿਰ ਨੂੰ ਇੱਕ ਮਜ਼ਬੂਤ ਲਹਿਰ ਬਣਾ ਦਿੱਤਾ ਸੀ, ਔਰ ਉਹਨਾਂ ਦੇ ਮੂੰਹ 'ਤੇ ਰੱਜ ਕੇ ਵੱਡਾ ਤਮਾਚਾ ਮਾਰਿਆ ਸੀ ਕਿ ਇਹ ਖਾਲਿਸਤਾਨੀ ਆ ਗਏ ਨੇ, ਇਹ ਸਿੱਖ ਆ ਗਏ ਨੇ, ਇਹ ਆਤੰਕਵਾਦੀ ਆ ਗਏ ਨੇ। ਗੋਦੀ ਮੀਡੀਆ ਨੇ ਵੀ ਢੋਲ ਪਿੱਟ ਪਿੱਟ ਕੇ ਆਪਣੇ ਗਲ 'ਚ ਪਾ ਪਾ ਕੇ ਇਹੋ ਜਿਹੀ ਬਕਵਾਸ ਕੀਤੀ, ਔਰ ਉਸ ਬਕਵਾਸ ਦਾ ਬਿੱਲ ਅਨੁਰਾਗ ਠਾਕੁਰ, ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਮਿਨਿਸਟਰ, ਅੱਜ ਤੱਕ ਨਹੀਂ ਇਹਨਾਂ ਨੂੰ ਦੇ ਸਕਿਆ। ਕਿਉਂ ਨਹੀਂ ਦੇ ਸਕਿਆ? ਕਿਉਂਕਿ ਇਸੇ ਮੀਡੀਏ ਦੀ ਜਿਹੜੀ ਹੈ ਦਲਾਲੀ, ਉਹਦੇ ਉੱਤੇ ਇਹਨਾਂ ਦੀ ਜਿਹੜੀਆਂ ਰੋਟੀਆਂ ਪੱਕਦੀਆਂ, ਸਿੱਕਦੀਆਂ, ਕਰਦੀਆਂ, ਇਹ ਗੱਲ ਗਲਤ ਹੈ। ਕੱਲ੍ਹ ਨੂੰ ਸਰਕਾਰ ਬਦਲ ਗਈ ਅਤੇ ਇਹਨਾਂ ਸਾਰਿਆਂ ਦਾ ਹਸ਼ਰ ਕੀ ਹੋਣ ਵਾਲਾ ਹੈ? ਜੋ ਇਹ ਅੱਜ ਕਰ ਰਹੇ ਨੇ, ਕੀ ਇਹ ਉਹ ਹਸ਼ਰ ਨੂੰ ਬਰਦਾਸ਼ਤ ਕਰ ਸਕਣਗੇ? ਇਸ ਵੇਲੇ ਭਾਜੜਾਂ ਇਸ ਚੀਜ਼ ਦੀਆਂ ਨਹੀਂ ਪਈਆਂ ਹੋਈਆਂ, ਦੇਸ਼ ਬਚਾਓ, ਇਸ ਵੇਲੇ ਭਾਜੜਾਂ ਇਸ ਚੀਜ਼ ਦੀਆਂ ਪਈਆਂ ਹੋਈਆਂ, ਸਰਕਾਰ ਬਣਾਓ ਅਤੇ ਸਰਕਾਰ ਬਚਾਓ। ਅਫਸੋਸ ਨਾਲ ਕਹਿਣਾ ਪੈ ਰਿਹਾ, ਜੇ ਇਹ ਮੇਰੇ ਭਾਰਤ ਦੇ ਲੋਕ ਨੇ, ਜੇ ਇਹ ਆਪਣੇ ਸਿਰੇ ਹੀ ਸੁਆਹ ਪਵਾਏ ਨੇ ਅਮਰੀਕਾ ਤੋਂ ਜਾ ਕੇ, ਇੱਕ ਸਵਾਲ ਦਾ ਜਵਾਬ ਨਹੀਂ ਦੇ ਸਕੇ, ਤਾਂ ਫਿਰ ਇਹ ਕਿਹੋ ਜਿਹੇ ਵਿਸ਼ਵ ਗੁਰੂ ਨੇ
इस चीज़ नूं बड़े परे मन नाल कहना पै रहा है कि इहो जी नटंकी ते नाटक दे विच्चों जरूर निकलो बाहर, ते ए देश हित दी जिहड़ा गल करदा सिर्फ उहनूं पाओ। इलैक्शन कमीशन भी इस वेले हत्थां विच लाल वंगां पा के करवा चौथ रख के सिरे संदूर ला के ये तमाशा देख रहा है, ते ओ कोई कार्रवाई इन्ना चुने हुए इलैक्टेड रिप्रजेंटेटिव के उत्ते दी रिप्रजेंटेशन ऑफ पीपल एक्ट 1951 के मुताबक क्यों नहीं कर रहा? ये एक सवाल है तुहाडे लई, विचार है तुहाडी सूझवानता जिहड़ी है। इस वीडियो नूं वध तों वध शेयर करो, देश हित विच शेयर करो, पा दित्ती है ते ये भी गल नाल लाती है कि तुहाडा फीडबैक जिहड़ा है सरकार तक जावे। मेरी यूट्यूब नूं वध तों वध शेयर कर देना, सबसक्राइब कर देना, चैनल नूं सबसक्राइब कर देना, लाइक कर देना, रज के शेयर करना, तां कि हर देशवासी जिहड़ा देश की पीड़ रखदा उहदे तक पहुँचे, वह अपना फीडबैक देन। तुहानूं फीडबैक देन लई जिहड़ी है मैं ये बेनती करदा, इस तों वध कुछ होर नहीं करदा, तां कि तुहाडा फीडबैक, तुहाडी आवाज़ जिहड़ी है देश के नेतावां तक ते देश की सरकार तक पहुँचे। गल्लां इन्नियां कु नाल करदे आं, सत श्री अकाल, ते फिर अगली नवी खबर लैके हाज़र होवांगे छेती होई।